ਹੁਣ ਮੈਂ ਤੁਹਾਡੇ ਸਾਹਮਣੇ ਇਹਨਾਂ ਨੇ ਮੈਡਮ ਨੇ ਜ਼ਿਕਰ ਕੀਤਾ ਹੈ ਸਾਡੇ ਹਿੰਦਕੋ ਜ਼ੁਬਾਨ ਦੇ ਇੱਕ ਸੂਫੀ ਸ਼ਾਇਰ ਦਾ ਸਾਈਂ ਅਹਿਮਦ ਅਲੀ ਬਾਬਾ ਉਹਨਾਂ ਦਾ ਕਲਾਮ ਥੋੜ੍ਹਾ ਜਿਹਾ ਇਸ ਮਾਹੌਲ ਨੂੰ ਚੇਂਜ ਕਰਨ ਦੀ ਖਾਤਰ ਪਬਲਿਕ ਦੀ ਖਾਤਰ ਅਸੀਂ ਮੈਂ ਗੁਜ਼ਾਰਿਸ਼ ਕਰਨਾ ਅਹਿਮਦ ਨਦੀਮ ਅਵਾਨ ਸਾਹਿਬ ਸੀ ਗੰਦਾਰਾਮ ਕਬੂਰ ਦੇ ਜੁਆਇੰਟ ਸੈਕਟਰੀ ਕਿ ਉਹ ਸਾਈਂ ਬਾਬਾ ਦਾ ਕਲਾਮ ਤੁਹਾਡੇ ਸਾਹਮਣੇ ਪੇਸ਼ ਕਰੂੰ ਜਨਾਬ ਅਹਿਮਦ ਨਦੀਮ ਅਵਾਨ ਜੀ ਬਹੁਤ ਸ਼ੁਕਰੀਆ ਜ਼ਿਆਦੀਨ ਸਾਹਿਬ ਹਿੰਦਕੋ ਜ਼ਬਾਨ ਦੇ ਸੂਫੀ ਸ਼ਾਇਰ ਮਲਕ ਸ਼ੋਰਾ ਉਸਤਾਦ ਅਹਿਮਦ ਅਲੀ ਸਾਈਂ ਦਾ ਕਲਾਮ ਜਿਹੜੀ ਤਰਜ਼ ਸਾਨੇ ਇੱਥੇ ਆਪ ਪੜ੍ਹਾਈਏ ਦਿਲ ਚਾਹੁੰਦਾ ਹੈ ਕਿ ਇਸ ਕਿਸਮ ਦੀ ਤਰਜ਼ ਹੋਣੀ ਚਾਹੀਦੀ ਹੈ ਮੈਂ ਪੇਸ਼ ਕਰਨਾ ਅਲਫ ਅਵਲ ਹੈ ਆਲਮ ਹਸਤਸੀਓ ਹੱਥ ਪਾਕ ਪੁਕਾਰ ਬਿਸਮਿਲ੍ਲਾਹ ਅਲਫ ਅਵਲ ਹੈ ਆਲਮ ਹਸਤਸੀਓ ਹੱਥ ਪਾਕ ਪੁਕਾਰ ਬਿਸਮਿਲ੍ਲਾਹ ਫਿਰ ਕਲਮ ਨੂੰ ਹੁਕਮੇ ਨਵਿਸ਼ਤ ਹੋਇਆ ਹੱਸ ਕੇ ਕਲਮ ਸਿਰ ਮਾਰਾ ਬਿਸਮਿਲ੍ਲਾਹ ਨਕਸ਼ਾ ਲੋਹੇ ਵਿੱਚ ਸੀਨੇ ਕਲਮ ਸਾਫ ਉਤਾਰਾ ਬਿਸਮਿਲ੍ਲਾਹ ਇਸ ਤਹਿਰੀਰ ਨੂੰ ਪੜ੍ਹ ਕੇ ਫਰਿਸ਼ਤਿਆਂ ਨੇ ਸਾਈਆਂ ਸ਼ੁਕਰ ਗੁਜ਼ਾਰਾ ਬਿਸਮਿਲ੍ਲਾਹ ਅਲਿਫ ਜਾ ਡੁੱਬਿਆ ਦਿਲ ਪੈਰਾ ਚੌਕੀ ਦਾਇਮਾ ਜਿੱਥੇ ਹਯਾ ਦੀ ਰਾਹਤ ਰੂਪ ਦੇ ਕਿਲੇ ਵਿੱਚ ਗਲਤ ਕਹਿੰਦੇ ਬਲਕਿ ਸਖਤ ਉਹ ਬਸਤੀ ਆਜ਼ਾਦੀ ਨਾ ਤਸੱਵਰ ਉਸ ਜਗ੍ਹਾ ਨਾ ਲੱਭਦਾ ਨਰਸਾਈ ਤਾਸੀਰੇ ਦੁਆ ਦੀ ਉੱਥੇ ਮਾਰਦਾ ਟਕਰਾਂ ਖਿਆਲ ਸਾਈਆਂ ਜਿੱਥੇ ਪਹੁੰਚ ਨਵਾਦੇ ਸਵਾਦੀ ਉਸਤਾਦ ਜੋਸ਼ ਫਰਮਾਨ ਬੰਦੇ ਜ਼ੀਨਤ ਜ਼ਮੀਨ ਦੀਏ ਚੰਨ ਮਜ਼ਾ ਕਰਦੇ ਅਸਮਾਨ ਉਤੇ ਰੌਣਕ ਫੁੱਲਾਂ ਨਾਲ ਸਹਿਣੇ ਗੁਲਜ਼ਾਰ ਦੀਏ ਬੁਲਬੁਲ ਨਾਸ ਕਰਦੇ ਗੁਲਿਸਤਾਨ ਉਤੇ ਜਿਹੜਾ ਆਪਣੀ ਜ਼ਬਾਨ ਦੀ ਕਰ ਖਿਦਮਤ ਨਾ ਉਸ ਦਾ ਰੋਸ਼ਨ ਜਹਾਨ ਉਤੇ ਹਿੰਦਕੋ ਅਦਬ ਦਾ ਜੋਸ਼ ਮੈਂ ਸ਼ਾਇਰ ਹੈ ਮਨ ਫਖਰੇ ਆਪਣੀ ਜ਼ਬਾਨ ਉਤੇ ਮਨ ਫਖਰੇ ਆਪਣੀ ਜ਼ਬਾਨ ਉਤੇ ਬਹੁਤ ਸ਼ੁਕਰੀਆ ਜਜ਼ਾਕ ਅੱਲਾ